ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਜਗਤਾਰ ਸਿੰਘ ਚਾਹਲ ਉਫ ਜੱਗੀ ਕੇਸ ਨੂੰ ਲੈ ਕੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਪੇਸ਼ੀਆਂ ਦਾ ਦੌਰ ਚੱਲ ਰਿਹਾ ਹੈ ਅਤੇ ਪੇਸ਼ੀਆਂ ਦੇ ਦੌਰਾਨ ਹਰ ਵਾਰ ਰਿਮਾਂਡ ਵੀ ਵਧਾਈ ਜਾਂਦੀ ਹੈ। ਲੁਧਿਆਣਾ ਕੋਰਟ ਤੋਂ ਬਾਅਦ ਖੰਨੇ, ਖੰਨੇ ਤੋਂ ਬਾਅਦ ਮੋਹਾਲੀ NIA ਦੀ ਅਦਾਲਤ ਦੇ ਵਿੱਚ ਇਹ ਕੇਸ ਸ਼ਿਫਟ ਹੋਇਆ ਤੇ ਹੁਣ ਨਵੇਂ ਕੇਸਾਂ ਦੇ ਵਿੱਚ ਅਲੱਗ ਅਲੱਗ ਤਰੀਕੇ ਦੇ ਨਾਲ ਪੈਰਵੀ ਕੀਤੀ ਜਾ ਰਹੀ ਹੈ ਤੇ NIA ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਉਹ ਵੀ ਕਿਸੇ ਪ੍ਰੈਸ਼ਰ ਦੇ ਵਿੱਚ ਕੰਮ ਕਰਦੀ ਨਜ਼ਰ ਆ ਰਹੀ ਹੈ। ਆਓ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਕਿ ਹਾਲ ਹੀ ਦੇ ਵਿੱਚ ਹੋਈ ਹੀਅਰਿੰਗ ਦੇ ਵਿੱਚ NIA ਦੇ ਪ੍ਰੋਸੀਕਿਊਟਰ ਨੇ ਕੀ ਕਿਹਾ ਜੱਗੀ ਚਾਹਲ ਕੇਸ ਦੇ ਬਾਰੇ। In that case we surrender today and send for a request to the court that he will be sent for judicial custody and court has accepted and allowed and till 20th of January he remanded in the judicial custody in that case. But in the another case which is also along with the National Investigation Agency, we have transferred the custody of this accused Johal. In that case, that is the RC-18 in our case, and in that case he will now be remanded in police custody. We requested for 12 days where the court has given for 26th of December 2017 police custody in that case. Ji ha, pehla de wang hi peshiyan pe riyan ne remand hor vadhan di gal kiti ja rahi hai, vadhai vi ja rahi hai, par koi sitta nahi nazar aa rya. ਜਦਕਿ ਦੂਜੇ ਪਾਸੇ ਜਸਪਾਲ ਸਿੰਘ ਮੰਚਪੁਰ ਦਾ ਇਹ ਕਹਿਣਾ ਹੈ ਕਿ ਜੱਗੀ ਚਾਹਲ ਦੇ ਖਿਲਾਫ ਕੋਈ ਵੀ ਸਬੂਤ ਇਹਨਾਂ ਦੇ ਕੋਲ ਨਹੀਂ ਹੈ, ਕੋਈ ਐਵੀਡੈਂਸ ਇਹਨਾਂ ਦੇ ਕੋਲ ਨਹੀਂ ਹੈ, ਪਰ ਫਿਰ ਵੀ ਕੇਸ ਨੂੰ ਘੜੀਸਿਆ ਜਾ ਰਿਹਾ ਹੈ ਤੇ NIA ਵੀ ਕਿਸੇ ਨਾ ਕਿਸੇ ਪ੍ਰਭਾਵ ਹੇਠ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਕੀ ਕਿਹਾ ਮੰਚਪੁਰ ਨੇ, ਧਿਆਨ ਦਿਓ। ਉਹਦੇ ਵਿੱਚ ਜੁਡੀਸ਼ੀਅਲ ਕੀਤਾ ਗਿਆ 20 ਜਨਵਰੀ, ਜੁਡੀਸ਼ੀਅਲ ਦੀ ਤਰੀਕ ਹੋਈ 20 ਜਨਵਰੀ 2018। ਫਲਦਰ ਉਹਨਾਂ ਨੇ ਟ੍ਰਾਂਜ਼ਿਟ ਰਿਮਾਂਡ ਮੰਗ ਕੇ ਉਹਨੂੰ ਟ੍ਰਾਂਸਫਰ ਮੰਗੀ ਉਹਦੀ, ਉਹਨੂੰ ਹੁਣ RC-18 ਜਿਹੜੀ NIA ਨੇ ਕੇਸ ਰਵਿੰਦਰ ਗੁਸਾਈ RSS ਵਰਕਰ ਸੀ ਲੁਧਿਆਣੇ, ਉਸ ਮਰਡਰ ਕੇਸ ਦੇ ਵਿੱਚ ਅਰੈਸਟ ਪਾਈ। ਅਰੈਸਟ ਪਾ ਕੇ ਉਹਨਾਂ ਨੇ ਫਰਦਰ 12 ਦਿਨ ਦਾ ਪੁਲਿਸ ਰਿਮਾਂਡ NIA ਨੇ ਮੰਗਿਆ, ਜਿਹਦੇ ਵਿੱਚ 4 ਦਿਨ ਦਾ ਪੁਲਿਸ ਰਿਮਾਂਡ ਮੰਗਿਆ। ਹੁਣ 26 ਤਰੀਕ ਨੂੰ ਜਗਤਾਰ ਸਿੰਘ ਜੋਹਲ ਨੂੰ ਪੇਸ਼ ਕੀਤਾ ਜਾਊਗਾ। ਇਸ ਤੋਂ ਇਲਾਵਾ ਮੈਂ 2 ਕੰਸਰਨ ਕੋਰਟ ਦੇ ਅੱਗੇ ਰੱਖੇ ਜਗਤਾਰ ਸਿੰਘ ਜੋਹਲ ਨਾਲ ਸੰਬੰਧਿਤ, ਜਿਹਦੇ ਬਾਰੇ ਇਹ ਆ ਵੀ ਇੱਕ ਤਾਂ ਇਹ ਪੰਜਾਬ ਪੁਲਿਸ ਦੀ ਤਰਜ਼ ਦੇ ਉੱਤੇ NIA ਵੀ ਸੇਮ ਉਸੇ ਤਰ੍ਹਾਂ ਦੇ ਟੈਕਟਿਕਸ ਵਰਤ ਰਹੀ ਹੈ। ਇੱਕ ਪੁਲਿਸ ਇੱਕ ਦਾ ਰਿਮਾਂਡ ਮੰਗਿਆ, ਫਿਰ ਦੂਜੇ ਦਾ ਰਿਮਾਂਡ ਮੰਗਿਆ ਤੀਜਾ, ਇਸ ਤਰ੍ਹਾਂ ਇਹਨਾਂ ਸਾਰੇ ਕੇਸਾਂ ਦੇ ਵਿੱਚ 8 ਚ ਪਹਿਲਾਂ ਪੰਜਾਬ ਪੁਲਿਸ ਨੇ ਰਿਮਾਂਡ ਲਏ, ਲਗਭਗ 1.5 ਮਹੀਨਾ ਹੋ ਚੱਲਿਆ ਬੰਦੇ ਨੂੰ ਰਿਮਾਂਡ ਦੇ ਵਿੱਚ। ਹੁਣ NIA ਵੀ ਸੇਮ ਟੈਕਟਿਕਸ ਵਰਤ ਰਹੀ ਹੈ, ਇਹਦੇ 'ਚ ਕੋਈ ਵੱਖਰੀ ਗੱਲ ਨਜ਼ਰ ਨਹੀਂ ਆਉਂਦੀ ਵੀ ਕੋਈ ਸੁਪਰੀਮ ਏਜੰਸੀ ਹੈਗੀ ਇੰਡੀਆ ਦੀ ਅਤੇ ਕੋਈ ਉਹੋ ਜਿਹੇ ਸਫਿਸਟੀਕੇਟਡ ਤਰੀਕੇ ਨਾਲ ਨਹੀਂ ਕਰ ਰਹੀ ਹੈ। ਪੰਜਾਬ ਪੁਲਿਸ ਦੇ ਟੈਕਟਿਕਸ ਦੇ ਉੱਤੇ ਚੱਲ ਰਹੀ ਹੈ, ਪਹਿਲਾਂ ਇੱਕ ਰਿਮਾਂਡ ਫਿਰ ਦੂਜਾ ਰਿਮਾਂਡ, ਪੱਧਰ ਰਿਮਾਂਡ ਦੇ ਉੱਤੇ ਰਿਮਾਂਡ। ਜੇ ਇੰਨੀ ਸਾਇੰਟੀਫਿਕ ਗੱਲ ਹੈਗੀ ਆ ਤਾਂ ਫਿਰ 2 ਮਹੀਨੇ 1.5 ਮਹੀਨੇ ਦੇ ਵਿੱਚ ਨਹੀਂ ਗੱਲ ਆਉਂਦੀ ਹੁੰਦੀ। ਅੱਜ ਤੱਕ ਇੱਕ ਵੀ ਕੋਈ ਇਤਰਾਜ਼ਯੋਗ ਚੀਜ਼ ਜਿਹੜੀ ਆ ਜਗਤਾਰ ਸਿੰਘ ਜੋਹਲ ਤੋਂ ਰਿਕਵਰ ਨਹੀਂ ਹੋਈ। ਉਹਦੇ 'ਚ ਮੈਂ ਇੱਕ ਐਪਲੀਕੇਸ਼ਨ ਅੰਡਰ ਸੈਕਸ਼ਨ 41 CRPC ਲਾਈ ਆ ਵੀ ਜੇ ਇਹ ਬੰਦੇ ਵਾਂਟਡ ਹੈਗੇ ਆ ਇਹਨਾਂ ਕੇਸਾਂ ਦੇ ਵਿੱਚ, ਉਹ ਸਾਰੀ 8 ਕੇਸਾਂ ਦੀ ਲਿਸਟ ਨਾਲ ਅਟੈਚ ਕੀਤੀ ਆ, ਜੇ ਵਾਂਟਡ ਹੈਗੇ ਤਾਂ ਇਹਨਾਂ ਨੂੰ ਇਸ ਕੇਸ ਵਿੱਚ ਆਰਡਰ ਕੀਤਾ ਜਾਵੇ NIA ਨੂੰ ਵੀ ਇਹਨਾਂ ਕੇਸਾਂ ਦੇ ਵਿੱਚ ਇਹਨਾਂ ਦੀ ਕਸਟਡੀ ਲੈ ਕੇ ਪ੍ਰੋਸੀਡ ਔਨ ਕੇਸ ਕੀਤੇ ਜਾਣ, ਜਿਹਦੇ ਬਾਅਦ ਇਹ ਜੱਜ ਸਾਹਿਬ ਨੇ 26 ਤਰੀਕ ਦਾ ਨੋਟਿਸ ਕੀਤਾ, NIA ਜਵਾਬ ਦਊਗੀ। ਦੂਜਾ ਜਿਹੜਾ ਮੇਰਾ ਕੰਸਰਨ ਸੀ ਉਹਦੇ 'ਚ ਜਿਹੜਾ 41D CRPC ਦੀ ਮੈਂਡੇਟਰੀ ਪ੍ਰੋਵੀਜ਼ਨ ਹੈਗੀ ਆ, ਐਡਵੋਕੇਟ ਆਪਣੀ ਚੋਇਸ ਦੇ ਐਡਵੋਕੇਟ ਨੂੰ ਹਰੇਕ ਬੰਦਾ ਜਿਹੜਾ ਇੰਟੈਰੋਗੇਸ਼ਨ ਦੇ ਡਿਊਰਿੰਗ ਇੰਟੈਰੋਗੇਸ਼ਨ ਮਿਲ ਸਕਦਾ, ਉਹਦੀ ਕੰਪਲਾਈ ਵਿਦ ਨਹੀਂ ਕੀਤੀ ਜਾ ਰਹੀ।
ਮੈਂ ਕੱਲ ਮਿਲਣ ਗਿਆ ਸੀਗਾ ਇੱਥੋਂ ਪੇਸ਼ੀ ਤੋਂ, ਬਾਕੀ ਬੰਦਿਆਂ ਦੀ ਪੇਸ਼ੀ ਤੋਂ ਬਾਅਦ ਮੈਨੂੰ ਸਿਰਫ 5 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਸਟੈਂਡਿੰਗ ਪੋਜੀਸ਼ਨ ਦੇ ਵਿੱਚ ਹੀ ਮਿਲਣ ਦੀ ਇਜਾਜ਼ਤ ਦਿੱਤੀ ਗਈ। ਉਹਦੇ ਦੁਆਲੇ 8-10 NIA ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਮਿਲਾਇਆ ਗਿਆ। ਜਦੋਂ ਮੈਂ ਉਹਦੇ ਨਾਲ ਕੋਈ ਗੱਲ ਕਰਨ ਦਾ ਯਤਨ ਕੀਤਾ ਤਾਂ ਫਿਰ ਉਹਨੂੰ ਕਹਿ ਰਹੇ ਸੀ ਵੀ ਉੱਚੀ ਬੋਲ, ਵਕੀਲ ਨਾਲ ਕੀ ਗੱਲ ਕਰਦਾ, ਸਾਨੂੰ ਸੁਣਨਾ ਚਾਹੀਦਾ। ਤੇ ਮੈਂ ਅਬਜ਼ਰਵ ਇਹ ਵੀ ਕੀਤਾ ਵੀ ਲੰਬੇ ਰਿਮਾਂਡ ਤੋਂ ਬਾਅਦ ਉਹ ਮੈਂਟਲੀ ਡਿਸਟਰਬ ਹੋ ਚੁੱਕਿਆ ਜਗਤਾਰ ਸਿੰਘ ਜੌਹਲ, ਉਹਦੀ ਜਾਂਚ ਜਿਹੜੀ ਆ ਇੱਕ ਇਹ ਸਿਵਲ ਹਸਪਤਾਲ ਖਰੜ ਵਰਗੇ ਤੋਂ ਜਿੱਥੇ ਗੱਡੀ ਦੇ ਬਿਠਾ ਕੇ ਮੈਡੀਕਲ ਕਰਾਉਂਦੇ ਆ, ਉਹਦੇ ਮੁਤਾਬਕ ਉਹਦਾ ਕੋਈ ਪਤਾ ਨਹੀਂ ਲੱਗ ਸਕਦਾ ਵੀ ਉਹਦੀ ਕਿਸ ਤਰ੍ਹਾਂ ਦੀ ਮਾਨਸਿਕ ਹਾਲਤ ਹੈਗੀ ਆ। ਉਹਦੇ ਵਾਸਤੇ ਮੈਂ NIA ਸਪੈਸ਼ਲ ਕੋਰਟ ਮੈਡਮ ਅੰਸੁਲ ਬੇਰੀ ਦੀ ਅਦਾਲਤ ਦੇ ਵਿੱਚ ਐਪਲੀਕੇਸ਼ਨ ਲਾਈ ਆ ਅੰਡਰ ਸੈਕਸ਼ਨ 54 ਤੇ 55A ਕਿ ਉਹਦੀ ਹੈਲਥ ਅਤੇ ਸੇਫਟੀ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਇਨਵੈਸਟੀਗੇਸ਼ਨ ਏਜੰਸੀ ਦੀ ਆ। ਜੇ ਕੱਲ੍ਹ ਨੂੰ ਉਹ ਮਾਨਸਿਕ ਸੰਤੁਲਨ ਗਵਾ ਪੈਂਦਾ ਤਾਂ ਇਹਦੀ ਜ਼ਿੰਮੇਵਾਰੀ ਇਹ ਇੰਡੀਅਨ ਗੌਰਮੈਂਟ ਦੀ NIA ਦੀ ਹੋਏਗੀ, ਕਿਉਂਕਿ ਉਹ UK ਸਿਟੀਜ਼ਨ ਆ। ਉਹਦੇ ਨਾਲ ਜਿਹੜਾ ਮੈਂਟਲੀ ਟੋਰਚਰ ਉਹਦੇ ਨਾਲ ਹੋ ਰਿਹਾ ਉਹ ਇੱਕ ਡਿਊਰਸ ਦੇ ਵਿੱਚ ਆ, ਅਤੇ ਉਹ ਲਈ SAS ਨਗਰ ਮੋਹਾਲੀ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਡਾਇਰੈਕਸ਼ਨ ਕੀਤੀ ਜਾਵੇ ਕਿ ਜਗਤਾਰ ਸਿੰਘ ਜੌਹਲ ਦਾ ਇੱਕ ਡਾਕਟਰਾਂ ਦਾ ਬੋਰਡ ਬਣਾ ਕੇ ਜਿਹਦੇ ਵਿੱਚ ਇੱਕ ਸਾਈਕੈਟ੍ਰਿਕ ਅਤੇ ਇੱਕ ਸਾਈਕੋਲੋਜਿਸਟ ਹੋਵੇ, ਉਹਦੀ ਜਾਂਚ ਕਰੇ ਮੈਡੀਕਲ ਅਤੇ ਉਹ ਆਪਣੀ ਰਿਪੋਰਟ ਜਿਹੜੀ ਸਪੁੱਦ ਕਰੇ ਕੋਰਟ ਦੇ। ਸੋ ਕੋਰਟ ਨੇ ਉਹਦਾ ਨੋਟਿਸ ਵੀ ਕੀਤਾ NIA ਨੂੰ, NIA ਰਿਪਲਾਈ ਦੇਏਗੀ 26 ਤਰੀਕ ਨੂੰ। ਇਨ ਦੀ ਮੀਨ ਟਾਈਮ ਕੋਰਟ ਨੇ ਕਿਹਾ ਵੀ ਤੁਸੀਂ ਖਰੜ ਤੋਂ ਉਹਦਾ ਮੈਡੀਕਲ ਨਹੀਂ ਕਰਾਉਣਾ, SAS ਨਗਰ ਮੋਹਾਲੀ ਦੇ ਸਿਵਲ ਹਸਪਤਾਲ ਤੋਂ ਉਹਦਾ ਅੱਜ ਹੁਣ ਮੈਡੀਕਲ ਕਰਾ ਕੇ ਲੈ ਕੇ ਜਾਇਆ ਜਾਊਗਾ, ਬਾਕੀ 26 ਤਰੀਕ ਨੂੰ ਸਾਰਿਆਂ ਨੂੰ ਪੇਸ਼ ਕੀਤਾ ਜਾਊਗਾ। ਇਸ ਕੇਸ ਵਾਸਤੇ ਅਸੀਂ ਇੱਕੋ ਹੀ ਗੱਲ ਕਹਿਣੀ ਚਾਹਾਂਗੇ ਸੂਬੇ ਦੀਆਂ ਸਰਕਾਰਾਂ ਵਾਸਤੇ, ਭਾਰਤ ਸਰਕਾਰ ਵਾਸਤੇ, ਕਿ ਇੱਕ UK ਸਿਟੀਜ਼ਨ ਅਗਰ ਭਾਰਤ ਦੇ ਵਿੱਚ ਆਇਆ ਹੈ, ਉਸਦੀ ਗ੍ਰਿਫਤਾਰੀ ਹੋਈ ਹੈ, ਕਿਸੇ ਕੇਸ ਦੇ ਅਧੀਨ ਹੋਈ ਹੈ, ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾ ਸਕੇ, ਤਾਂ ਕਿ ਲੋਕਾਂ ਨੂੰ ਤਸੱਲੀ ਹੋਵੇ ਕਿ ਕੋਰਟ ਕਚਹਿਰੀਆਂ, ਪੁਲਿਸ ਪ੍ਰਸ਼ਾਸਨ ਜੋ ਕੰਮ ਕਰ ਰਿਹਾ ਉਹ ਇੱਕ ਸਹੀ ਟਰੈਕ 'ਤੇ ਹੈ। NIA ਨੂੰ ਕੇਸ ਇਹ ਸੌਂਪਿਆ ਗਿਆ, ਲੋਕਾਂ ਨੂੰ ਥੋੜ੍ਹਾ ਭਰੋਸਾ ਹੋਇਆ, ਪਰ ਹੁਣ NIA ਦੇ ਉੱਤੇ ਵੀ ਉਂਗਲਾਂ ਚੱਕੀਆਂ ਜਾ ਰਹੀਆਂ ਨੇ ਕਿ ਉਹ ਵੀ ਕਿਸੇ ਨਾ ਕਿਸੇ ਦੇ ਪ੍ਰਭਾਵ ਹੇਠ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ, ਕਿਸੇ ਦਬਾਅ ਹੇਠ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਤਾਂ ਇਹ ਜਿਹੜੇ ਕੁਐਸਚਨ ਮਾਰਕਸ ਨੇ, ਇਹ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੇ ਜ਼ਿਹਨ 'ਚੋਂ ਕੱਢਿਆ ਜਾਵੇ ਅਤੇ ਇਸ ਕੇਸ ਦਾ ਜਲਦ ਤੋਂ ਜਲਦ ਕੋਈ ਸਿੱਟਾ ਕੱਢ ਕੇ ਲੋਕਾਂ ਨੂੰ ਦੱਸਿਆ ਜਾਵੇ। ਇਫ ਯੂ ਲਾਈਕ ਦ ਨਿਊਜ਼, ਪਲੀਜ਼ ਲਾਈਕ ਐਂਡ ਸ਼ੇਅਰ ਦ ਨਿਊਜ਼, ਸਬਸਕ੍ਰਾਈਬ ਦ ਚੈਨਲ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।